see Dick du SSV entertainment Toda up channel ਲਓ ਜੀ ਦੋਸਤੋ ਅੱਜ ਫੇਰ ਆਪਾਂ ਫਾਗਲਾ ਪਿੰਡ 'ਚ ਹੀ ਆ ਗਏ ਆ ਪਿੰਡ ਦੀਆਂ ਕੁਝ ਹੋਰ ਮਹੱਤਵਪੂਰਨ ਜਾਣਕਾਰੀਆਂ ਲੈ ਕੇ ਜਾਨੀ ਕਿ ਇਹ ਫਾਗਲਾ ਪਿੰਡ ਦਾ ਦੂਜਾ ਭਾਗ ਆ ਤੇ ਜਿਨ੍ਹਾਂ ਨੇ ਫਾਗਲਾ ਪਿੰਡ ਦਾ ਪਹਿਲਾ ਭਾਗ ਦੇਖਿਆ ਪਸੰਦ ਕੀਤਾ ਤੇ ਸਾਨੂੰ ਕਮੈਂਟ ਕਰਕੇ ਸਾਡੀ ਹੌਸਲਾ ਅਫਜ਼ਾਈ ਕੀਤੀ ਆ ਉਹਨਾਂ ਸਾਰਿਆਂ ਦਾ ਹੀ ਮੈਂ ਦਿਲੋਂ ਧੰਨਵਾਦ ਕਰਦਾ ਤੇ ਤੁਹਾਨੂੰ ਬੇਨਤੀ ਵੀ ਕਰਦਾ ਕਿ ਸਾਡੇ ਸਾਰੇ ਪ੍ਰੋਗਰਾਮ ਦੇਖ ਕੇ ਸਾਡਾ ਸਾਥ ਦਿਆ ਕਰੋ ਕਿਉਂਕਿ ਆਪਾਂ ਇਹ ਪ੍ਰੋਗਰਾਮ ਆਪਣੀਆਂ ਆਉਣ ਵਾਲੀਆਂ ਪੀੜ੍ਹੀਆਂ ਲਈ ਬਣਾਉਨੇ ਆ ਤਾਂ ਕਿ ਉਹਨਾਂ ਨੂੰ ਆਪਦੇ ਪਿੰਡ ਬਾਰੇ ਜਾਣਨ ਲਈ ਕਈ ਲੋਕਾਂ ਤੋਂ ਪੁੱਛਤਾਛਾਹ ਨਾ ਕਰਨੀ ਪਵੇ ਬਸ YouTube ਤੇ ਜਾ ਕੇ ਆਪਦੇ ਪਿੰਡ ਦਾ ਨਾਮ ਭਰਨ ਤੇ ਉਹਨਾਂ ਦੇ ਸਾਹਮਣੇ ਆਹ ਵੀਡੀਓ ਆ ਜਾਊਗਾ ਇਹ ਦੇਖ ਕੇ ਉਹਨਾਂ ਨੂੰ ਸਾਰੇ ਪਿੰਡ ਦੀ ਜਾਣਕਾਰੀ ਹੋ ਜੂ ਕਿ ਸਾਨੂੰ 2024 ਚ ਸਾਡਾ ਪਿੰਡ ਕਿਹੋ ਜਿਹਾ ਸੀ ਇਸ ਉਪਰਾਲੇ ਚ ਸਾਨੂੰ ਤੁਹਾਡੇ ਸਹਿਯੋਗ ਦੀ ਲੋੜ ਆ ਸੋ ਵੀ ਸਾਡੇ ਪ੍ਰੋਗਰਾਮ ਦੇਖਿਆ ਕਰੋ ਤੇ ਆਪਦੇ ਰਿਸ਼ਤੇਦਾਰਾਂ ਤੇ ਦੋਸਤਾਂ ਨੂੰ ਵੀ ਸ਼ੇਅਰ ਕਰ ਦਿਆ ਕਰੋ ਤੇ ਅੱਜ ਦਾ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਹੀ ਮੈਂ ਤੁਹਾਨੂੰ ਦੱਸ ਦਿੰਨਾ ਕਿ ਅੱਜ ਦਾ ਪ੍ਰੋਗਰਾਮ ਚੰਗੀ ਤਰ੍ਹਾਂ ਦੇਖ ਲਿਓ ਜਿਨੇ ਫਾਗਲਾ ਪਿੰਡ ਦਾ ਪਹਿਲਾ ਭਾਗ ਹਲੇ ਤੱਕ ਨਹੀਂ ਦੇਖਿਆ ਪਹਿਲਾਂ ਉਹ ਦੇਖ ਲਿਓ ਫਿਰ ਜੇ ਦੋਵਾਂ ਭਾਗਾਂ 'ਚ ਤੁਹਾਨੂੰ ਪਿੰਡ ਦੀ ਕੋਈ ਸਾਂਝੀ ਥਾਂ ਨਾ ਦੇਸੀ ਹੋਵੇ ਤਾਂ ਸਾਨੂੰ ਕਮੈਂਟ ਕਰਕੇ ਜਾਂ ਫਿਰ ਬਾਈ ਸੁਖਦੀਪ ਸਿੰਘ ਲੀਹਾਵਾਲੇ ਨੂੰ ਆਹ ਫੋਨ ਨੰਬਰ ਤੇ ਗੱਲ ਕਰਕੇ ਤੁਸੀਂ ਦੱਸ ਦਿਓ ਫਿਰ ਆਪਾਂ ਉਹ ਥਾਂ ਤੁਹਾਨੂੰ ਅਗਲੇ ਸ਼ੁੱਕਰਵਾਰ ਨੂੰ ਸ਼ਾਮ ਨੂੰ 4 ਵਜੇ ਫਾਗਲਾ ਪਿੰਡ ਦੇ ਤੀਜੇ ਭਾਗ 'ਚ ਜ਼ਰੂਰ ਦਿਖਾਵਾਂਗੇ ਚਲੋ ਫਿਰ ਹੁਣ ਸ਼ੁਰੂ ਕਰਦੇ ਹਾਂ ਪਿੰਡ ਦੀਆਂ ਹੋਰ ਦਿਲਚਸਪ ਜਾਣਕਾਰੀਆਂ ਐਂਓ ਕਰਦੇ ਹਾਂ ਸਭ ਤੋਂ ਪਹਿਲਾਂ ਤੁਹਾਨੂੰ ਇਸ ਪਿੰਡ ਦੇ ਕੁਝ ਅਫਸਰਾਂ ਦੇ ਨਾਂ ਦੱਸ ਦਿੰਨੇ ਆ ਸਭ ਤੋਂ ਪਹਿਲਾਂ ਸਰਦਾਰ ਫਲਾਵਰ ਸਿੰਘ ਜੀ ਇਹ ਐਸਆਈ ਨੇ ਫਿਰ ਤਰਮਿੰਦਰ ਸਿੰਘ ਏਐਸਆਈ ਸਾਹਿਬ ਫਿਰ ਸਰਦਾਰ ਸੁਖਵਿੰਦਰ ਸਿੰਘ ਏਐਸਆਈ ਸਾਹਿਬ ਇਹ ਵਿਜੀਲੈਂਸ ਦੇ ਵਿੱਚ ਏਐਸਆਈ ਨੇ ਫਿਰ ਸਰਦਾਰ ਰਣਜੀਤ ਸਿੰਘ ਏਐਸਆਈ ਸਾਹਿਬ ਹੌਲਦਾਰ ਬੀਬੀ ਸ਼ੁਭਨਪ੍ਰੀਤ ਕੌਰ ਜੀ ਇਹਨਾਂ ਦੇ ਪਤੀ ਦੇਵ ਦਾ ਨਾਮ ਹੈ ਸਰਦਾਰ ਮਨਪ੍ਰੀਤ ਸਿੰਘ ਜੀ ਫਿਰ ਸਰਦਾਰ ਅਕਵਾਲ ਸਿੰਘ ਜੀ ਐਡਵੋਕੇਟ ਨੇ ਫਿਰ ਬੀਬੀ ਪਰਮਿੰਦਰ ਕੌਰ ਜੀ ਸਰਕਾਰੀ ਅਧਿਆਪਕ ਨੇ ਤੇ ਫੇਰ ਨੇ ਹੌਲਦਾਰ ਸਰਦਾਰ ਮਨਪ੍ਰੀਤ ਸਿੰਘ ਜੀ ਜਾਨੀ ਇਸ ਪਿੰਡ ਦੇ ਲੋਕ ਬਹੁਤ ਹੀ ਪੜੇ ਲਿਖੇ ਨੇ ਤਾਈਓ ਤਾਂ ਏਡੇ ਏਡੇ ਉੱਚੇ ਅਹੁਦਿਆਂ ਤੇ ਕੰਮ ਕਰ ਰਹੇ ਨੇ ਜਿਉਂਦੇ ਰਹੋ ਜੀ ਰੱਬ ਤੁਹਾਨੂੰ ਲੰਮੀ ਉਮਰ ਦੇਵੇ ਤੇ ਤੁਸੀਂ ਆਪੋ ਆਪਣੇ ਫੀਲਡ 'ਚ ਬਹੁਤ ਤਰੱਕੀਆਂ ਕਰੋ ਫੇਰ ਦੋਸਤੋ ਇਸ ਪਿੰਡ ਦੇ ਗਗਨਦੀਪ ਸਿੰਘ ਤੇ ਪਵਨਦੀਪ ਕੌਰ ਬਾਸਕਟਬਾਲ ਦੇ ਬਹੁਤ ਹੀ ਵਧੀਆ ਖਿਡਾਰੀ ਨੇ ਇਹਨਾਂ ਨੇ ਫਾਗਲੇ ਪਿੰਡ ਦਾ ਨਾਂ ਪੂਰੇ ਭਾਰਤ 'ਚ ਵੱਡੇ ਵੱਡੇ ਟੂਰਨਾਮੈਂਟਾਂ 'ਚ ਖੇਡ ਕੇ ਬਹੁਤ ਹੀ ਰੋਸ਼ਨ ਕੀਤਾ ਇਹਨਾਂ ਤੇ ਵੀ ਪਿੰਡ ਬਹੁਤ ਮਾਣ ਕਰਦਾ ਤੇ ਕਹਿੰਦੇ ਪਵਨ ਦੀਪਕੌਰ ਤਾਂ 17 ਸਾਲਾਂ ਦੀ ਉਮਰ 'ਚ ਹੀ ਪੰਜਾਬ ਦੀ ਟੀਮ ਦੀ ਕੈਪਟਨ ਬਣ ਗਈ ਸੀ ਪਰ ਅੱਜ ਕੱਲ ਤਾਂ ਉਹ ਕੈਨੇਡਾ ਚ ਰਹਿੰਦੇ ਨੇ ਫਿਰ ਦੋਸਤੋ ਇੱਕ ਹੋਰ ਨਵੀਂ ਜਾਣਕਾਰੀ ਮਿਲੀ ਪਿੰਡ ਚੋਂ ਕਹਿੰਦੇ ਜਦੋਂ ਆਪਣਾ ਦੇਸ਼ ਨਵਾਂ ਨਵਾਂ ਆਜ਼ਾਦ ਹੋਇਆ ਸੀ ਉਦੋਂ ਪੰਜ-ਪੰਜ ਪਿੰਡਾਂ ਦਾ ਇੱਕ ਹੀ ਸਰਪੰਚ ਹੁੰਦਾ ਸੀ ਤੇ ਫਾਗਲਾ ਪਿੰਡ ਦੇ ਸਰਪੰਚ ਸਰਦਾਰ ਸੋਹਣ ਸਿੰਘ ਜੀ ਸਨ ਸਰਦਾਰ ਕਪੂਰ ਸਿੰਘ ਜੀ ਤੇ ਸਰਪੰਚ ਸਰਦਾਰ ਮਲਕੀਤ ਸਿੰਘ ਜੀ ਸਨ ਸਰਦਾਰ ਮੱਗਰ ਸਿੰਘ ਜੀ ਪੰਜ ਪਿੰਡਾਂ ਦੇ ਸਰਪੰਚ ਰਹੇ ਨੇ ਤੇ ਇਹਨਾਂ ਪੰਜ ਪਿੰਡਾਂ ਚ ਫਾਗਲਾ ਸਲੇਮਪੁਰ ਗੌਂਸਪੁਰ ਗੜਾ ਤੇ ਪਿੰਡ ਬੁਰਜ ਲਾਂਬੜਾ ਸ਼ਾਮਲ ਸੀ ਤੇ ਸਰਪੰਚ ਸਰਦਾਰ ਮਲਕੀਤ ਸਿੰਘ ਜੀ ਦੀ ਸਰਪੰਚੀ ਮੌਕੀ ਉਹਨਾਂ ਨੇ ਆਹ ਪਿੰਡ ਦਾ ਪ੍ਰਾਇਮਰੀ ਸਕੂਲ ਇਸ ਪਿੰਡ ਚ ਲਿਆਂਦਾ ਸੀ ਇਹ ਵਧੀਆ ਕੰਮ ਕੀਤਾ ਉਹਨਾਂ ਨੇ ਇਹਦੇ ਲਈ ਪਿੰਡ ਦੇ ਲੋਕ ਉਹਨਾਂ ਨੂੰ ਹਲੇ ਤੱਕ ਯਾਦ ਕਰਦੇ ਨੇ ਤੇ ਸਕੂਲ ਹੈ ਵੀ ਵਧੀਆ ਬਣਾਇਆ ਹੋਇਆ ਤੇ ਇਸ ਸਕੂਲ ਦੇ ਅੰਦਰ ਹੀ ਇੱਕ ਆਂਗਣਵਾੜੀ ਸੈਂਟਰ ਵੀ ਆ ਤੇ ਇੱਥੇ ਅਧਿਆਪਕ ਨੇ ਬੀਬੀ ਸੁਖਵਿੰਦਰ ਕੌਰ ਜੀ ਤੇ ਜਿਹੜਾ ਸਕੂਲ ਚ ਬੱਚਿਆਂ ਨੂੰ ਮਿਡ-ਡੇ ਮੀਲ ਦਿੱਤਾ ਜਾਂਦਾ ਉਹਦੀ ਜ਼ਿੰਮੇਵਾਰੀ ਬੀਬੀ ਮਨਪ੍ਰੀਤ ਕੌਰ ਜੀ ਦੀ ਆ ਪਰ ਮੈਂ ਇਸ ਪਿੰਡ ਦੇ ਐਮਪੀ ਤੇ ਐਮਐਲਏ ਸਾਹਿਬ ਨੂੰ ਬੇਨਤੀ ਕਰੂੰਗਾ ਕਿ ਇਸ ਪਿੰਡ 'ਚ ਸਿਰਫ 5ਵੀਂ ਤੱਕ ਹੀ ਸਕੂਲ ਆ ਹਲੇ ਉਦੋਂ ਬਾਅਦ ਬੱਚਿਆਂ ਨੂੰ ਹੋਰ ਪਿੰਡਾਂ 'ਚ ਪੜਨ ਜਾਣਾ ਪੈਂਦਾ ਤੇ 6ਵੀਂ ਜਮਾਤ 'ਚ ਪੜਨ ਵਾਲੇ ਬੱਚੇ ਕਾਫੀ ਛੋਟੇ ਹੁੰਦੇ ਨੇ ਜਦੋਂ ਉਹ ਦੂਰ ਨੇੜੇ ਦੇ ਪਿੰਡਾਂ 'ਚ ਪੜਨ ਜਾਂਦੇ ਨੇ ਤਾਂ ਪਿੱਛੋਂ ਮਾਪਿਓ ਦੇ ਸਾਰਾ ਸਾਰਾ ਦਿਨ ਸਾਹ ਸੁੱਕੇ ਰਹਿੰਦੇ ਨੇ ਕਿਉਂਕਿ ਪੂਰਾ ਪਰਜਵਕਾਂ ਨੂੰ ਕੀ ਪਤਾ ਕਿਵੇਂ ਸੜਕਾਂ 'ਤੇ ਚੱਲਣਾ ਕਿਵੇਂ ਸੜਕਾਂ ਨੂੰ ਪਾਰ ਕਰਨਾ ਉਤੋਂ ਲੋਕੀ ਸਕੂਟਰ ਮੋਟਰਸਾਈਕਲਾਂ ਦੀਆਂ ਸਪੀਡਾਂ ਬੰਨੀ ਫਿਰਦੇ ਆ ਕਿਰਪਾ ਕਰਕੇ ਪਿੰਡ ਦਾ ਹਲੇ ਜੇ 10ਵੀਂ ਤੱਕ ਸਕੂਲ ਨਹੀਂ ਕਰ ਸਕਦੇ ਤਾਂ ਘੱਟੋ ਘੱਟ 8ਵੀਂ ਤੱਕ ਤਾਂ ਕਰ ਹੀ ਦਿਓ ਕਿਉਂਕਿ 9ਵੀਂ ਕਲਾਸ ਦੇ ਜਵਾਕ ਫਿਰ ਵੀ ਤਕੜੇ ਹੋ ਜਾਂਦੇ ਆ ਤੇ ਜਿਹੜਾ ਨਵਾਂ ਐਮਪੀ ਬਣੂਗਾ ਉਹ ਵੀ ਪਿੰਡ ਦੀ ਏਸ ਜ਼ਰੂਰੀ ਮੰਗ ਨੂੰ ਧਿਆਨ ਚ ਰੱਖੇ ਫਿਰ ਦੋਸਤੋ ਏਸ ਪਿੰਡ ਦੀ ਆਸ਼ਾ ਵਰਕਰਾ ਬੀਬੀ ਪਰਮਜੀਤ ਕੌਰ ਜੀ ਇਹਨਾਂ ਦਾ ਵੀ ਪਿੰਡ ਨੂੰ ਬਹੁਤ ਫਾਇਦਾ ਜਿਉਂਦੇ ਰਹੋ ਜੀ ਤੇ ਫਾਗਲਾ ਪਿੰਡ ਦੇ ਨੰਬਰਦਾਰ ਸਾਹਿਬ ਨੇ ਸਰਦਾਰ ਸਵਰਨ ਸਿੰਘ ਜੀ ਤੇ ਸਰਦਾਰ ਦਵਿੰਦਰ ਸਿੰਘ ਗਿੱਲ ਜੀ ਤੇ ਪਿੰਡ ਫਾਗਲਾ ਦੇ ਚੌਂਕੀਦਾ ਸਾਹਿਬ ਨੇ ਸਰਦਾਰ ਸੁਖਦੇਵ ਸਿੰਘ ਜੀ ਇਹ ਵੀ ਸਿਆਣੇ ਬੰਦੇ ਨੇ ਜਗਾਉਂਦੇ ਰਹੋ ਜੀ ਦੋਸਤੋ ਪਿੰਡ ਫਾਗਲੇ ਦੀ ਹੋਰ ਜਾਣਕਾਰੀ ਦੇਣ ਤੋਂ ਪਹਿਲਾਂ ਪਿੰਡ ਦੇ ਇੱਕ ਬਾਬੇ ਤੋਂ ਸੁਣੀ ਹੋਈ ਗੱਲ ਤੁਹਾਨੂੰ ਸੁਣਾ ਦਿੰਨਾ ਅਸਲ 'ਚ ਇੱਕ ਦੂਜੇ ਤੋਂ ਲੋਕੀ ਜੈਲਸ ਕਿਉਂ ਕਰਦੇ ਆ ਇਸ ਵਿਸ਼ੇ ਤੇ ਚਰਚਾ ਹੋ ਰਹੀ ਸੀ ਤਾਂ ਇੱਕ ਬਾਬਾ ਕਹਿੰਦਾ ਲੋਕਾਂ ਦੀ ਤਾਂ ਸੱਪ ਵਾਲੀ ਆਦਤ ਆ ਤੇ ਦੂਜਾ ਕਹਿੰਦਾ ਸੱਪ ਕੀ ਤੋਂ ਜੜਦਾ ਬਾਬਾ ਤਾਂ ਬਾਬਾ ਕਹਿੰਦਾ ਇੱਕ ਵਾਰੀ ਰਾਤ ਨੂੰ ਜੰਗਲ 'ਚ ਕਹਿੰਦੇ ਸੱਪ ਜਗਨੂ ਦੇ ਮਗਰ ਪੈ ਗਿਆ ਜਿਹਨੂੰ ਪਿੰਡਾਂ 'ਚ ਟਿਆਣਾ ਵੀ ਕਹਿ ਦਿੰਦਿਆ ਪਹਿਲਾਂ ਤਾਂ ਟਟਿਆਣਾ ਬਾਵਾ ਦੂਰ ਤੱਕ ਉੱਡਿਆ ਗਿਆ ਪਰ ਫਿਰ ਥੱਕ ਕੇ ਰੁਕ ਗਿਆ ਤੇ ਦੋਵੇਂ ਹੱਥ ਜੋੜ ਕੇ ਸੱਪ ਨੂੰ ਕਹਿੰਦਾ 나ਗ ਦੇਵਤਾ ਜੀ ਮੈਂ ਤਾਂ ਪਿੱਦੀ ਜਾ ਹੈਗਾ ਤੁਹਾਡੇ ਨਾਲ ਲੜ ਨਹੀਂ ਸਕਦਾ ਤੁਹਾਡਾ ਕੋਈ ਨੁਕਸਾਨ ਵੀ ਨਹੀਂ ਕਰ ਸਕਦਾ ਜੇ ਤੁਸੀਂ ਮੈਨੂੰ ਖਾ ਗਏ ਉਹਦੇ ਨਾਲ ਤੁਹਾਡਾ ਢਿੱਡ ਵੀ ਨਹੀਂ ਭਰਨਾ ਪਰ 나ਗ ਦੇਵਤਾ ਜੀ ਮੈਨੂੰ ਇਹ ਗੱਲ ਹਲੇ ਤੱਕ ਸਮਝ ਨਹੀਂ ਆਈ ਕਿ ਤੁਸੀਂ ਮੈਨੂੰ ਮਾਰਨਾ ਕਿਉਂ ਚਾਹੁੰਦੇ ਹੋ ਤਾਂ ਸੱਪ ਫੁੰਕਾਰਿਆ ਜਾ ਮਾਰ ਕੇ ਕਹਿੰਦਾ ਟਟਿਆਣਾ ਮੇਥੋਂ ਤੇਰੀ ਚਮਕ ਨਹੀਂ ਜਰੀ ਜਾਂਦੀ ਐਵੇਂ ਲੋਕੀਂ ਅੱਜਕੱਲ ਦੇ ਲੈਣਾ ਦੇਣਾ ਕੁਝ ਨਹੀਂ ਹੁੰਦਾ ਬਸ ਐਵੇਂ ਕਿਸੇ ਦੀ ਖੁਸ਼ੀ ਤੋਂ ਕਿਸੇ ਦੀ ਤਰੱਕੀ ਤੋਂ ਜਲੀ ਜਾਂਦੇ ਆ ਬਾਬੇ ਦੀ ਇਹ ਗੱਲ ਮੈਨੂੰ ਵਧੀਆ ਲੱਗੀ ਤਾਂ ਹੀ ਤੁਹਾਨੂੰ ਸੁਣਾਈ ਆ ਕਿ ਸ਼ਾਇਦ ਇਹ ਤੋਂ ਤੁਹਾਨੂੰ ਕੁਝ ਸਿੱਖਣ ਨੂੰ ਮਿਲੇ ਤੇ ਆਪਣੀਆਂ ਜ਼ਿੰਦਗੀਆਂ 'ਚ ਕੋਈ ਸੁਧਾਰ ਆਵੇ ਚਲੋ ਹੁਣ ਆਪਾਂ ਅੱਗੇ ਚੱਲਦੇ ਆ ਤੇ ਤੁਹਾਨੂੰ ਪਿੰਡ ਫਾਗਲਾ ਦੇ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਾਉਨੇ ਆ ਏ ਗੁਰੂ ਘਰ ਬਹੁਤ ਹੀ ਸੋਹਣਾ ਬਣਾਇਆ ਹੋਇਆ ਤੇ ਇਸ ਗੁਰੂ ਘਰ 'ਚ ਤਕਰੀਬਨ ਸਾਰਾ ਪਿੰਡ ਹੀ ਮੱਥਾ ਟੇਕਦਾ ਤੇ ਆ ਇਸ ਗੁਰੂ ਘਰ ਦਾ ਲੰਗਰ ਹਾਲ ਵੀ ਬਹੁਤ ਹੀ ਵਧੀਆ ਬਣਾਇਆ ਹੋਇਆ ਖੁੱਲ੍ਹਾ ਡੁੱਲਾ ਹੈ ਵੀ ਤੇ ਇਸ ਗੁਰੂ ਘਰ ਦੀ ਕਾਰ ਪਾਰਕਿੰਗ ਆਹਾ ਇਹ ਦੂਜੇ ਪਾਸੇ ਬਣਾਈ ਹੋਈ ਆ ਪਰ ਇੱਥੇ ਜਿੰਨਾ ਕਾਫੋ ਜ਼ੁਗਿਆ ਹੋਇਆ ਲੱਗਦਾ ਨਹੀਂ ਇੱਥੇ ਕੋਈ ਆਪਦੀ ਕਾਰ پارک ਕਰਦਾ ਹੋ ਫਿਰ ਦੋਸਤੋ ਆ ਹੈ ਪਿੰਡ ਫਾਗਲਾ ਦਾ ਦੂਜਾ ਗੁਰਦੁਆਰਾ ਸਾਹਿਬ ਇਸ ਗੁਰੂ ਘਰ ਦਾ ਨਾਮ ਹੈ ਗੁਰਦੁਆਰਾ ਬੇਗੰਪੂਰਾ ਸਤਗੁਰ ਰਵਿਦਾਸ ਦਰਬਾਰ ਇਹ ਗੁਰੂ ਘਰ ਵੀ ਸੋਹਣਾ ਆਇਆ ਹੋਇਆ ਤੇ ਆਹ ਹੈ ਪਿੰਡ 'ਚ ਮਾਤਾ ਰਾਣੀ ਜੀ ਦੀ ਜਗ੍ਹਾ ਕਹਿੰਦੇ ਇੱਥੇ ਵੀ ਲੋਕੀ ਮੱਥਾ ਟੇਕਣ ਆਉਂਦੇ ਨੇ ਹੁਣ ਦੋਸਤੋ ਆਪਾਂ ਆ ਗਏ ਆਂ ਬਾਬਾ ਨੱਥੂ ਜੀ ਦੀ ਦਰਗਾਹ ਤੇ ਇਸ ਜਗ੍ਹਾ ਦੀ ਵੀ ਪਿੰਡ 'ਚ ਬਹੁਤ ਮਾਨਤਾ ਤੇ ਇਸ ਜਗ੍ਹਾ ਤੇ ਬਹੁਤ ਹੀ ਵਧੀਆ ਦਰਸਤ ਲਾਏ ਹੋਏ ਨੇ ਜਗ੍ਹਾ ਵੀ ਕਾਫੀ ਖੁੱਲੀ ਆ ਕਹਿੰਦੇ ਜੇ ਕਿਸੇ ਦਾ ਡੰਗਰ ਦੁੱਧ ਨਾਲ ਲੋਂਦਾ ਹੋਵੇ ਜਾਂ ਪਸ਼ੂ ਦੇ ਦੁੱਧ ਉਤਰਦਾ ਹੀ ਨਾ ਹੋਵੇ ਤਾਂ ਬਾਬਾ ਨੱਥੂ ਜੀ ਦੀ ਦਰਗਾਹ ਤੇ ਮੱਥਾ ਟੇਕ ਕੇ ਫੇਰ ਘਰੇ ਜਾ ਕੇ ਧਾਰ ਚੋਣ ਨਾਲ ਡੰਗਰ ਮਿਲ ਪੈਂਦਾ ਫੇਰ ਲੋਕੀ ਪਸ਼ੂ ਦਾ ਦੁੱਧ ਚੋ ਕੇ ਇੱਥੇ ਦੁੱਧ ਹੀ ਚੜਾਵਾ ਚੜਾਉਂਦੇ ਆ ਤੇ ਇਸ ਜਗ੍ਹਾ ਦੇ ਅੰਦਰ ਦੋ ਕਬਰਾਂ ਬਣੀਆਂ ਹੋਈਆਂ ਇੱਕ ਤਾਂ ਬਾਬੇ ਨੱਥੂ ਜੀ ਦੀ ਆ ਦੂਜੀ ਖਬਰ ਦਾ ਨਾਮ ਨਹੀਂ ਪਤਾ ਲੱਗ ਸਕਿਆ ਤੇ ਇਸੇ ਜਗ੍ਹਾ ਦੇ ਅੰਦਰ ਹੀ ਆ ਵੀ ਇੱਕ ਦਰਗਾਹ ਬਣੀ ਹੋਈ ਆ ਤੇ ਨਾਂ ਤਾਂ ਇਸ ਜਗ੍ਹਾ ਦਾ ਵੀ ਕੋਈ ਲਿਖਿਆ ਨਹੀਂ ਪਰ ਕਹਿੰਦੇ ਮੱਥਾ ਇੱਥੇ ਵੀ ਬਹੁਤ ਲੋਕੀ ਟੇਕਦੇ ਆ ਤੇ ਇੱਥੇ ਸਾਨੂੰ ਆਹ ਮੇਲੇ ਦਾ ਇੱਕ ਪੋਸਟਰ ਲਿਖਿਆ ਹੋਇਆ ਮਿਲਿਆ ਇਸ ਪੋਸਟਰ ਤੇ ਇਸ ਜਗ੍ਹਾ ਦਾ ਨਾਮ ਪੀਰ ਬਾਬਾ ਟਾਲੀਆਂ ਵਾਲੀ ਸਰਕਾਰ ਲਿਖਿਆ ਹੋਇਆ ਇਹਨੇ ਮੈਨੂੰ ਥੋੜਾ ਜਿਹਾ ਕਨਫਿਊਜ਼ ਜਿਹਾ ਕਰਤਾ ਕਿ ਇੱਥੇ ਕਿਹੜੀ ਕਬਰ ਪੀਰ ਬਾਬਾ ਟਾਲੀਆਂ ਵਾਲੀ ਸਰਕਾਰ ਦੀ ਆ ਤੇ ਕਿਹੜੀ ਬਾਬਾ ਨੱਥੂ ਜੀ ਦੀ ਆ ਜੇ ਕਿਸੇ ਨੂੰ ਪੂਰੀ ਜਾਣਕਾਰੀ ਹੋਵੇ ਤਾਂ ਕਿਰਪਾ ਕਰਕੇ ਸਾਨੂੰ ਕਮੈਂਟ ਕਰਕੇ ਜਰੂਰ ਦੱਸਿਓ ਤੇ ਜਿਹੜੀ ਤੀਜੀ ਕਬਰ ਆ ਉਹ ਤੇ ਕੋਈ ਨਾਂ ਨਹੀਂ ਲਿਖਿਆ ਜੇ ਉਹਦੀ ਵੀ ਕਿਸੇ ਕੋਲੇ ਜਾਣਕਾਰੀ ਹੈ ਤਾਂ ਉਹ ਵੀ ਦੱਸਿਓ ਚਲੋ ਹੁਣ ਆਪਾਂ ਤੁਹਾਨੂੰ ਪਿੰਡ ਦੇ ਸ਼ਮਸ਼ਾਨ ਘਾਟ ਦਿਖਾ ਦਿੰਨੇ ਆ ਸ਼ਮਸ਼ਾਨ ਘਾਟ ਬਹੁਤ ਹੀ ਵਧੀਆ ਬਣਾਏ ਹੋਏ ਨੇ ਬਹਿਣ ਖਾਨ ਨੂੰ ਵੀ ਵਧੀਆ ਬਣਾਇਆ ਹੋਇਆ ਦਰਖਤ ਵੀ ਸੋਹਣੇ ਲਾਏ ਨੇ ਬਾਕੀ ਆਵਾਰਾ ਗਾਈਆਂ ਤੋਂ ਜਿੰਦਾ ਗੁੰਡਾ ਵੀ ਲੱਗਦਾ ਕੀਤਾ ਆ ਫਿਰ ਆ ਹੈ ਜੀ ਪਿੰਡ ਫਾਗਲਾ ਦੀ ਪਾਣੀ ਵਾਲੀ ਟੈਂਕੀ ਪਰ ਦੋਸਤੋ ਹਲੇ ਤੱਕ ਇਸ ਪਿੰਡ ਚ ਆਰਓ ਫਿਲਟਰ ਸਿਸਟਮ ਨਹੀਂ ਲੱਗਿਆ ਤੇ ਜੇ ਕੋਈ ਇਸ ਮਹਿਕਮੇ ਨਾਲ ਸੰਬੰਧਤ ਅਧਿਕਾਰੀ ਸਾਡਾ ਇਹ ਪ੍ਰੋਗਰਾਮ ਦੇਖ ਰਿਹਾ ਹੋਵੇ ਸਾਡੀ ਦੋਵੇਂ ਹੱਥ ਜੋੜ ਕੇ ਤੁਹਾਨੂੰ ਬੇਨਤੀ ਆ ਕਿ ਕਿਰਪਾ ਕਰਕੇ ਇਸ ਪਿੰਡ ਤੇ ਆਪ ਦੀ ਕਿਰਪਾ ਜਰੂਰ ਕਰੋ ਜੀ ਕਿਉਂਕਿ ਸਾਫ਼ ਪਾਣੀ ਪੀਣਾ ਹਰੇਕ ਨਾਗਰਿਕ ਦਾ ਅਧਿਕਾਰ ਆ ਖਾਸ ਕਰਕੇ ਫਾਗਲੇ ਪਿੰਡ ਚ ਤਾਂ ਆਰਓ ਫਿਲਟਰ ਜਰੂਰ ਲੱਗਿਆਉਣਾ ਚਾਹੀਦਾ ਕਿਉਂਕਿ ਇਸ ਪਿੰਡ ਦੇ ਨਾਲ ਦੀ ਹੀ ਆਹਾ ਬੁੱਢਾ ਨਾਲਾ ਲੰਘਦਾ ਤੇ ਲੁਧਿਆਣੇ ਦੀਆਂ ਫੈਕਟਰੀਆਂ ਦਾ ਸਾਰਾ ਗੰਦ ਇਹਦੇ ਚ ਹੀ ਆ ਤੇ ਇਹਦੇ ਕਰਕੇ ਧਰਤੀ ਦੇ ਹੇਠਲਾ ਪਾਣੀ ਵੀ ਕੋਈ ਬੜਾ ਵਧੀਆ ਨਹੀਂ ਬਾਕੀ ਜੇ ਤੁਹਾਨੂੰ ਲੱਗਦਾ ਮੈਂ ਉਹੀ ਮਰੀ ਜਾਣਾ ਤੁਸੀਂ ਪਿੰਡ ਦੇ ਸਰਦਾਰ ਸੁਖਦੇਵ ਸਿੰਘ ਖਾਲਸਾ ਜੀ ਤੋਂ ਆਪ ਹੀ ਸੁਣ ਲਓ ਬੇਨਤੀ ਹੈ ਸਰਕਾਰਾਂ ਨੂੰ ਜਿੱਦਾਂ ਇਹ ਜਿਹੜਾ ਬੁੱਢਾ ਨਾਲਾ ਹੁਣ ਬੁੱਢਾ ਦਰਿਆ ਪਹਿਲਾਂ ਬੁੱਢਾ ਦਰਿਆ ਵਜਦਾ ਸੀਗਾ ਇਹਦਾ ਪਾਣੀ ਬੜਾ ਸਾਫ਼ ਸੀਗਾ ਖੁੱਦ ਮੈਂ ਦਾਦ ਨੇ ਆਪਣੇ ਪਾਣੀ ਇਹ ਤਾਂ ਪੀਤਾ ਹੋਇਆ ਥੱਲੇ ਉੱਗੇ ਪਏ ਇਹਦੇ ਵਿੱਚ ਸਾਫ਼ ਦੇਂਦਾ ਹੀ ਤਿੰਨ ਚਾਰ ਤਿੰਨ ਫੁੱਟ ਪਾਣੀ ਚੱਲਦਾ ਸੀ ਬੜਾ ਸਾਫ਼ ਪਾਣੀ ਸੀਗਾ ਇਹਦੇ ਵਜਿ ਨੰਘ ਕੇ ਅਸੀਂ ਇੱਧਰ ਨੂਰਪੁਰ ਬੱਲੀ ਨੂੰ ਵੀ ਜਾਂਦੇ ਰਹੇ ਹਾਂ ਏ ਹੁਣ ਇਹਦਾ ਪਾਣੀ ਇੰਨਾ ਜ਼ਿਆਦਾ ਗੰਦਾ ਹੋ ਗਿਆ ਤੇ ਸਾਰੇ ਪਿੰਡਾਂ ਦੇ ਆ ਮਾਰੇੜਾ ਮਾਲਕਪੁਰਾ ਵੀਰਮੀਆ ਬਸਾਹੀਆ ਆਗਲਾ ਸਲੇਮਪੁਰ ਗੌਂਸਪੁਰ ਹੰਬੜਾ ਇਹ ਸਾਰੇ ਜਿਹੜੇ ਪਾਣੀ ਦੇ ਦੂਸਤ ਕਿੱਥੇ ਤੇ ਪਾਣੀ ਪਹਿਲਾਂ ਪੀਂਦੇ ਸੀ ਹੁਣ ਸਾਨੂੰ ਇਹੀ ਪਾਣੀ ਸਾਨੂੰ ਮਾਰ ਰਿਹਾ ਕਿਉਂ ਕਾਰਨ ਕੀ ਬਣ ਗਿਆ ਇਹਦਾ ਹੁਣ ਕਾਲਾ ਪੀਲਾ ਤਾਂ ਬਹੁਤ ਜ਼ਿਆਦਾ ਡਾਊਟ ਚੱਲਿਆ ਜਿਹਦਾ ਇਹ ਇਹ ਤਾਂ ਬੇਤਰਾ ਪਾਣੀ ਹੈ ਜਿਹੜਾ ਪੀਣ ਨੂੰ ਲੈ ਕੇ ਸਾਡੇ ਨਹੀਂ ਰਿਹਾ ਇਹਦਾ ਪਾਣੀ ਸਾਡਾ ਤਕਰੀਬ 17-18 ਫੁੱਟ ਦੇ ਉੱਪਰ ਪਾਣੀ ਹੁੰਦਾ ਸੀ ਹੁਣ ਤਕਰੀਬਨ 40-45 ਫੁੱਟ ਤੇ ਪਾਣੀ ਚਲਾ ਗਿਆ ਪਰ ਫੇਰ ਵੀ ਪਾਣੀ ਸਾਡਾ ਗੰਦਾ ਤੇ ਵੱਡੇ ਸਵਾਰਜਿਵਲ ਬੋਰ ਕਰਾਏ ਉਹਨੇ 3-300 ਫੁੱਟ ਬੋਰ ਕਰਾਏ ਨੇ ਇਕਨ ਪਾਣੀ ਪੀਣ ਜੋਗ ਨਹੀਂ ਰਿਹਾ ਮਾ ਸਰਕਾਰਨ ਕੀ ਬਣਿਆ ਵੀ ਜਿਹੜਾ ਬੁੱਢਾ ਦਰਿਆ ਵਾ ਇਹਦਾ ਗੰਦਾ ਪਾਣੀ ਲੁਧਿਆਣੇ ਤੋਂ ਹੋਣ ਦੇ ਦੂਜੇ ਦੇ ਵਿੱਚ ਫਸਲਾਂ ਨੂੰ ਵੀ ਮਾਰ ਪੈ ਰਹੀ ਆ ਤੇ ਇਸ ਕਰਕੇ ਬੇਨਤੀ ਆ ਵੀ ਇੱਥੇ ਥੋੜਾ ਜਿਆ ਕાળ ਕੀਤਾ ਜਾਵੇ ਧੰਨਵਾਦ ਵੀਰ ਜੀ ਮੈਂ ਤੁਹਾਡੀ ਗੱਲ ਨਾਲ ਪੂਰੀ ਤਰ੍ਹਾਂ ਸਹਿਮਤ ਹਾਂ ਕਿਰਪਾ ਕਰਕੇ ਸਰਕਾਰਾਂ ਇਹ ਤੇ ਧਿਆਨ ਦੇਣ ਚਲੋ ਹੁਣ ਆਪਾਂ ਅੱਗੇ ਚੱਲਦੇ ਹਾਂ ਆਹ ਹੈ ਜੀ ਪਿੰਡ ਫਾਗਲਾ ਦੀ ਗੁਰ ਫਤਿਹ ਆਟਾ ਚੱਕੀ ਇਹ ਚੱਕੀ ਬਾਈ ਪ੍ਰਭਜੋਤ ਸਿੰਘ ਜੀ ਦੀ ਆ ਕਹਿੰਦੇ ਅਸੀਂ ਆਟਾ ਦਲੀਆ ਤੇ ਦਾਲਾਂ ਪੀ ਕੇ ਦਿੰਨੇ ਆ ਬੰਦੇ ਕਾਫੀ ਸਾਊ ਨੇ ਇਹ ਬਾਈ ਪ੍ਰਭਜੋਤ ਸਿੰਘ ਜੀ ਜਿਉਂਦੇ ਰੋ ਵੀਰ ਫੇਰ ਦੋਸਤੋ ਪਿੰਡ ਦੇ ਸਕੂਲ ਕੋਲ ਆਹ ਹੈ ਜੀ ਪਿੰਡ ਦੀ ਧਰਮਸ਼ਾਲਾ ਇਹ ਵੀ ਬਹੁਤ ਹੀ ਸੋਹਣੀ ਤੇ ਸਾਫ ਸੁਥਰੀ ਆ ਚਲੋ ਹੁਣ ਤੁਹਾਨੂੰ ਲੈ ਕੇ ਚਲਦੇ ਆ ਪਿੰਡ ਦੇ ਗੱਬਰੂਆਂ ਦੀ ਪਸੰਦੀਦਾ ਦੁਕਾਨ ਤੇ ਏ ਬਾਈ ਸਰਵਣ ਸਿੰਘ ਜੀ ਦੀ ਵਾਲ ਕੱਟਣ ਦੀ ਦੁਕਾਨ ਆ ਕਹਿੰਦੇ ਸਰਵਣ ਬਾਈ ਵਧੀਆ ਵਾਲ ਕੱਟਦੇ ਨੇ ਤੇ ਵਿਚਾਰਾ ਪੈਸੇ ਵੀ ਜਾਇਜ਼ ਹੀ ਲੈਂਦਾ ਜਿਉਂਦਾ ਰਹਿ ਵੀਰ ਤੇ ਹੁਣ ਦਿਖਾਉਂਦੇ ਆ ਤੁਹਾਨੂੰ ਪਿੰਡ ਦਾ ਛੱਪੜ ਜਾਨੀ ਤੋਬਾ ਹੈ ਤਾਂ ਕਾਫੀ ਵੱਡਾ ਇਹ ਪਰੇ ਦੀ ਸਾਫ ਸਫਾਈ ਨਾ ਹੋਣ ਕਰਕੇ ਇਹਦਾ ਪੂਰਾ ਪਤਾ ਲੱਗ ਨਹੀਂ ਰਿਹਾ ਕਿ ਕਿੰਨਾ ਕੁ ਵੱਡਾ ਪਰ ਦਰਖਤਾਂ ਨੇ ਹਰੀਆਲੀ ਵਾਵਾ ਕੀਤੀ ਹੋਈ ਹੈ ਇੱਥੇ ਫਿਰ ਦੋਸਤੋ ਫਾਗਲਾ ਪਿੰਡ ਚ ਈਸੇਵਾਲ ਪਿੰਡ ਨੂੰ ਜਾਣ ਵਾਲੇ ਰਾਹ ਤੇ ਆਹ ਹੈ ਪਿੰਡ ਦੀ ਖੇਤੀਬਾੜੀ ਸੁਸਾਇਟੀ ਇਹਦੀ ਬਿਲਡਿੰਗ ਵਧੀਆ ਬਣਾਈ ਹੋਈ ਹੈ ਤੇ ਸੁਸਾਇਟੀ ਦਾ ਵੀ ਪਿੰਡ ਦੇ ਜ਼ਿਮੀਂਦਾਰਾਂ ਨੂੰ ਬਹੁਤ ਲਾਭ ਹੁੰਦਾ ਕਹਿੰਦੇ ਇਸ ਸੁਸਾਇਟੀ ਦੇ ਪ੍ਰਧਾਨ ਸਾਹਿਬ ਵੀ ਸੌ ਬੰਦੇ ਨੇ ਫਿਰ ਆਹ ਕਮਰੇ ਦੇ ਵਿੱਚ ਪਿੰਡ ਦੇ ਗੱਭਰੂਆਂ ਲਈ ਜਿੰਮ ਵੀ ਬਣਾਇਆ ਹੋਇਆ ਤੇ ਆਹ ਹੈ ਪਿੰਡ ਦੀ ਪਾਰਕ ਜਾਂ ਇਹਨੂੰ ਪਿੰਡ ਦੀ ਖੇਡ ਗਰਾਊਂਡ ਵੀ ਕਹਿ ਸਕਦੇ ਆ ਉਹ ਹਲੇ ਕਹਿੰਦੇ ਇਹਦਾ ਕੰਮ ਚੱਲ ਰਿਹਾ ਇੱਥੇ ਕਹਾ ਕੋ ਉਲਾਉਣਾ ਹਲੇ ਤੇ ਇੱਥੇ ਓਪਨ ਜਿੰਮ ਦੀਆਂ ਮਸ਼ੀਨਾਂ ਕਈ ਲੱਗਣੀਆਂ ਨੇ ਥੋੜੀਆਂ ਜਿਹੀਆਂ ਲੱਗ ਵੀ ਗਈਆਂ ਤੇ ਕਹਿੰਦੇ ਅੱਥ ਨੇ ਇੱਥੇ ਬਥੇਰੇ ਜਵਾਕ ਝੂਟੜਾਉਂਦੇ ਨੇ ਜਾਨੀ ਇੱਥੇ ਅੱਥ ਨੇ ਰੌਣਕ ਹੁੰਦੀ ਆ ਤੇ ਹੁਣ ਅੱਗੇ ਆਪਾਂ ਲਵਪ੍ਰੀਤ ਕਰਿਆਨਾ ਸਟੋਰ ਤੇ ਇਹਨਾਂ ਕੋਲ ਵੀ ਵਧੀਆ ਸਮਾਨ ਹੁੰਦਾ ਤੇ ਆਹ ਨੇ ਭਾਈ ਲਵਪ੍ਰੀਤ ਜੀ ਤੇ ਆਹ ਹੈ ਜੀ ਪਿੰਡ ਫਾਗਲਾ ਦੀ ਦੂਜੀ ਧਰਮਸ਼ਾਲ ਇਹਦਾ ਨਾਮ ਹੈ ਭਗਤ ਰਵਿਦਾਸ ਧਰਮਸ਼ਾਲਾ ਇਹ ਵੀ ਬਹੁਤ ਵਧੀਆ ਬਣਾਈ ਹੋਈ ਆ ਵਧੀਆ ਕਮਰੇ ਪਾ ਕੇ ਮੁਰੇ ਸ਼ੈੱਡ ਵੀ ਪਾਏ ਹੋਏ ਆ ਵਧੀਆ ਲੱਗੀ ਧਰਮਸ਼ਾਲਾ ਤੇ ਹੁਣ ਤੁਹਾਨੂੰ ਦਿਖਾਉਂਦੇ ਆ ਪਿੰਡ ਦਾ ਮਸ਼ਹੂਰ ਬਲਵੰਤ ਕਰਿਆਨਾ ਸਟੋਰ ਇਸ ਦੁਕਾਨ ਤੋਂ ਕਰਿਆਨੇ ਦਾ ਤਕਰੀਬਨ ਸਾਰਾ ਹੀ ਸਮਾਨ ਸ਼ਹਿਰ ਵਾਲੇ ਰੇਟ ਤੇ ਮਿਲ ਜਾਂਦਾ ਤੇ ਇੱਥੇ ਸਾਨੂੰ ਬਾਈ ਚਮਕੌਰ ਸਿੰਘ ਜੀ ਮਿਲੇ ਪਰ ਲੋਕੀ ਇਹਨਾਂ ਨੂੰ ਕੋਰੀ-ਕੋਰੀ ਕਹਿੰਦੇ ਆ ਜਿਉਂਦੇ ਰਹੋ ਕੋਰੀ ਵੀਰੇ ਫਿਰ ਆਹ ਨੇ ਸਰਦਾਰ ਪਾਲ ਸਿੰਘ ਜੀ ਇਹਨਾਂ ਨੇ ਵੀ ਸਾਨੂੰ ਵਧੀਆ ਗੱਲਾਂ ਸੁਣਾਈਆਂ ਜਿਉਂਦੇ ਰਹੋ ਜੀ ਚਲੋ ਹੁਣ ਤੁਹਾਨੂੰ ਚਲਦੀ ਫਰਦੀ ਸੁਪਰਮਾਰਕੀਟ ਦਿਖਾਉਨੇ ਆ ਕਿਉਂਕਿ ਜਿੰਨੀਆਂ ਚੀਜ਼ਾਂ ਬਾਈ ਮਨਪ੍ਰੀਤ ਦਾਖੇ ਵਾਲਾ ਵੇਚ ਰਿਹਾ ਇਹਦੇ ਤੋਂ ਤਾਂ ਸੁਪਰਸਟੋਰ ਹੀ ਲੱਗਦਾ ਬਾਕੀ ਤੁਸੀਂ ਬਾਈ ਤੋਂ ਆਪ ਹੀ ਸੁਣ ਲਓ ਇੰਨੀਆਂ ਚੀਜ਼ਾਂ ਮੇਰੇ ਤੋਂ ਬੋਲੀਆਂ ਨਹੀਂ ਜਾਣੀਆਂ ਕੋਈ ਆਲੂ ਆ ਸੁੱਕਾ ਲਾਲ ਪਿਆਜ਼ ਬੰਦ ਗੋਭੀ ਫੁੱਲ ਗੋਭੀ ਗਾਜਰਾ ਹਰੇ ਮਟਰ ਛਿੰਦਾਂ ਮਿਰਚ ਫੜੀਆਂ ਬੈਂਗਣੀ ਭਰਤੇ ਵਾਲੇ ਬਤਾਉਂ ੱਪਣਾ ਕਦੂ ਕੀਆ ਕਦੂ ਭਿੰਡੀਆਂ ਤਰੇਲੇ ਆਰਬੀ ਪੇਟਾ ਮੱਕੀ ਦਾ ਆਟਾ ਆਲੂ ਆ ਸੁੱਕਾ ਲਾਲ ਪਿਆਜ਼ ਨਿੰਬੂ ਖੀਰੇ ਲਾਲ ਟਮਾਟਰ ਲਸਣ ਅਦਰਕ ਹਰੀਆਂ ਮਿਰਚਾਂ ਕੇਲੇ ਸੇਬ ਅਨਾਰ ਕੀਕੂ ਪਪੀਤਾ ਨਾਰੀਅਲ ਮਿੱਠੇ ਅੰਗੂਰ, ਅਨਰੂਦ, ਪਰਬੂਲ, ਮਿੱਠੇ ਖਰਬੂਜੇ, ਆਲੂਆ, ਸੁੱਕਾ ਲਾਲ ਪਿਆਜ਼। ਧੰਨਵਾਦ ਵੀਰ। ਦੋਸਤੋ ਮੇਰੇ ਹਿਸਾਬ ਨਾਲ ਤਾਂ ਅਸੀਂ ਤੁਹਾਨੂੰ ਪੂਰਾ ਪਿੰਡ ਦਿਖਾ ਹੀ ਦਿੱਤਾ ਪਰ ਹਾਂ ਸੱਚ ਤੁਹਾਨੂੰ ਕੱਲ ਦੇ ਪ੍ਰੋਗਰਾਮ 'ਚ ਮੈਂ ਕਿਹਾ ਸੀ ਪਿੰਡ ਨੇ ਸਾਡਾ ਕਿਵੇਂ ਸਤਿਕਾਰ ਕੀਤਾ ਉਹਦੇ ਬਾਰੇ ਤੁਹਾਨੂੰ ਕੱਲ ਨੂੰ ਦੱਸੂਗਾ। ਫਿਰ ਆ ਤੁਸੀਂ ਆਪ ਹੀ ਦੇਖੋ ਪਿੰਡ ਦੇ ਪਤਵੰਤੇ ਸੱਜਣਾ ਨੇ ਬਾਈ ਸੁਖਦੀਪ ਸਿੰਘ ਲੀਹਾਂ ਵਾਲੇ ਵੀਰ ਨੂੰ ਸਰੂਪਾ پا ਕੇ ਸਾਨੂੰ ਸਨਮਾਨ ਦਿੱਤਾ। ਇਹਦੇ ਲਈ ਅਸੀਂ ਪੂਰੇ ਫਾਗਲਾ ਨਗਰ ਨਿਵਾਸੀਆਂ ਦੇ ਤਾਂ ਧੰਨਵਾਦੀ ਹੈਗੇ ਆਂ ਖਾਸ ਤੌਰ ਤੇ ਸਰਦਾਰ ਇਕਵਾਲ ਸਿੰਘ ਜੀ ਦੇ ਸਰਦਾਰ ਦਲਵਾਰਾ ਸਿੰਘ ਜੀ ਦੇ ਸਰਦਾਰ ਕੁਲਦੀਪ ਸਿੰਘ ਗਿੱਲ ਜੀ ਦੇ ਸਰਦਾਰ ਸੁਖਦੇਵ ਸਿੰਘ ਖਾਲਸਾ ਜੀ ਦੇ ਪ੍ਰਧਾਨ ਬੂਟੇ ਫੌਜੀ ਸਾਹਿਬ ਦੇ ਹੈਰੀ ਵਾਈ ਜੀ ਦੇ ਤੇ ਡਾਕਟਰ ਅਮਰਜੀਤ ਸਿੰਘ ਜੀ ਦਾ ਅਸੀਂ ਖਾਸ ਤੌਰ ਤੇ ਧੰਨਵਾਦ ਕਰਦੇ ਆਂ ਕਿਉਂਕਿ ਤੁਹਾਨੂੰ ਸਾਡੇ ਕੰਮ ਦੀ ਤੇ ਸਾਡੇ ਪ੍ਰੋਗਰਾਮ ਦੀ ਅਹਿਮੀਅਤ ਸਮਝ ਆਈ ਜਿਉਂਦੇ ਰਹੋ ਜੀ ਤੇ ਜੇ ਅੱਜ ਦੇ ਪ੍ਰੋਗਰਾਮ ਚ ਕਿਸੇ ਦਾ ਨਾਮ ਗਲਤ ਬੋਲਿਆ ਗਿਆ ਹੋਵੇ ਜਾ ਫਿਰ ਲਿਖਣ ਚ ਕੋਈ ਗਲਤੀ ਹੋ ਗਈ ਹੋਵੇ ਉਹਦੇ ਲਈ ਵੀ ਮਾਫੀ ਮੰਗਦੇ ਆ ਪਰ ਬੇਨਤੀ ਵੀ ਕਰਦੇ ਆ ਕਿ ਸਾਨੂੰ ਕਮੈਂਟ ਚ ਠੀਕ ਕਰਕੇ ਜਰੂਰ ਦੱਸ ਦਿਓ ਜੇ ਕੋਈ ਸਾਂਝੀ ਥਾਂ ਤੁਹਾਨੂੰ ਦੋਵਾਂ ਭਾਗਾਂ ਚ ਨਾਂ ਦਿਖੀ ਹੋਵੇ ਉਹਦੇ ਬਾਰੇ ਵੀ ਕਮੈਂਟ ਕਰਕੇ ਸਾਨੂੰ ਦੱਸ ਦਿਓ ਫਿਰ ਆਪਾਂ ਉਹ ਅਗਲੇ ਸ਼ੁੱਕਰਵਾਰ ਨੂੰ ਫਾਗਲਾ ਪਿੰਡ ਦੇ ਤੀਜੇ ਭਾਗ ਚ ਜਰੂਰ ਦਿਖਾਵਾਂਗੇ ਕਿਰਪਾ ਕਰਕੇ ਸਾਡੇ ਸਾਰੇ ਪ੍ਰੋਗਰਾਮ ਦੇਖਿਆ ਕਰੋ ਹੁਣ ਮੈਨੂੰ ਇੱਥੇ ਹੀ ਇਜਾਜ਼ਤ ਦਿਓ ਕੱਲ ਨੂੰ ਗੁੜੇ ਪਿੰਡ ਦਾ ਚੌਥਾ ਭਾਗ ਵੀ ਜ਼ਰੂਰ ਦੇਖਿਓ ਸਾਰਿਆਂ ਨੂੰ ਸਸਰੀ ਕਾਲ ਪਾਕਿਸਤਾਨੀ ਵੀਰਾਂ ਨੂੰ ਖੁਦਾ ਹਾਫਿਜ਼ ਜਿਉਂਦੇ ਵੱਸਦੇ ਰਹੋ ਰੱਬ ਰਾਖਾ ਦੋਸਤੋ